ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ 'ਚ ਡਰੱਗਸ ਇੱਕ ਬਹੁਤ ਵੱਡਾ ਮੁੱਦਾ ਬਣਿਆ ਚੋਣਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਡਰੱਗਸ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਵੱਡੇ ਪੱਧਰ ਤੇ ਮੁਹਿੰਮ ਚਲਾਈ ਆ ਪਿਛਲੇ 3 ਦਿਨਾਂ 'ਚ ਕਰੀਬ 120 25 ਬੰਦੇ ਉਹਨਾਂ ਨੇ ਫੜੇ ਆ ਇਹਦੇ 'ਚ ਕੁਝ ਸਰਕਾਰੀ ਕਰਮਚਾਰੀ ਵੀ ਨੇ ਸ਼ਾਇਦ 1-2 ਕਨਸਟੇਬਲ ਸਪਾਈ ਵੀ ਡਿਸਮਿਸ ਕੀਤੇ ਗਏ ਆ ਪਰ ਆਮ ਲੋਕਿੰਗ ਕਹਿ ਰਹੇ ਆ ਤੇ ਇਹ ਜਿਹੜੇ ਆਮ ਬੰਦਿਆਂ ਤੋਂ ਤੁਸੀਂ ਫੜ ਲਿਆ ਇਹ ਤੇ ਬੰਦੇ ਉਹ ਆ ਜਿਹੜੇ ਡਰੱਗਸ ਦਾ ਇਸਤੇਮਾਲ ਕਰਦੇ ਆ ਯੂਜ਼ਰ ਆ ਕਿਸੇ ਕੋਲ 1 ਗ੍ਰਾਮ ਕਿਸੇ ਕੋਲ 2 ਗ੍ਰਾਮ ਤੁਸੀਂ ਭੁਖੀ ਜਾਂ ਫੀਮੀਆਂ ਹੋਰ ਕੁਝ ਪਦਾਰਥ ਫੜ ਲਿਆ ਪਰ ਜਿਹੜੇ ਤਸਕਰੀ ਕਰਦੇ ਆ ਉਹਨਾਂ ਨੂੰ ਤੇ ਕਿਸੇ ਨੇ ਹੱਥ ਪਾਇਆ ਨਹੀਂ ਜੇ ਵਾਕਈ ਆਪਾਂ ਕੋਈ ਫਰਕ ਪਾਉਣਾ ਵਾ ਸਟੇਟ ਦੇ ਵਿੱਚ ਤੇ ਮੇਰੇ ਖਿਆਲ ਜਿਹੜੇ ਵੱਡੇ ਮਗਰਮੱਛ ਆ ਦੀ ਬਿਗ ਫਿਸ਼ ਜਿਹਨੂੰ ਕਹਿੰਦੇ ਆ ਉਹਨਾਂ ਨੂੰ ਹੱਥ ਪਾਉਣਾ ਪੂਆ ਛੋਟੇ ਮੋਟੇ ਜਿਹੜੇ ਵਿਚਾਰੇ ਇਸਤੇਮਾਲ ਕਰਦੇ ਆ ਪਹਿਲਾਂ ਦੋਨੋਂ ਤੁਸੀਂ ਆਦਤ ਪਾ ਲਈ ਪਰ ਉਹਨਾਂ ਨੂੰ ਫੜ ਕੇ ਅੰਦਰ ਕਰਤਾ ਉਹਦਾ ਕੋਈ ਬਹੁਤ ਫਾਇਦਾ ਨਹੀਂ ਹੋਣਾ ਔਰ ਇੱਕ ਹੋਰ ਦਿੱਕਤ ਆਉਣੀ ਆ ਠਾਣਿਆਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਇਹ ਬਹੁਤ ਲੋਕੀ ਚਲੇ ਜਾਣਗੇ ਤੁਹਾਨੂੰ ਅੰਦਰ ਉਹਨਾਂ ਨੂੰ ਬੰਦ ਕਰਨਾ ਪਊ ਡੱਕਣਾ ਪਊ ਸੋ ਉੱਥੇ ਥਾਂ ਹੀ ਨਹੀਂ ਹੋਣੀ ਇਹਨਾਂ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ ਔਰ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਭੁੱਖੀ ਜਾਂ ਜਿੰਦਾ ਜਿਹੜੀ ਚੀਜ਼ ਦਾ ਵੀ ਉਹਨਾਂ ਨੂੰ ਆਦਤ ਆ ਉਹ ਲਿਆ ਕੇ ਦੇਣੀ ਪੈਣੀ ਆ ਉਹ ਵੀ ਇੱਕ ਵੱਡਾ ਮਸਲਾ ਬਣੂਗਾ ਸੋ ਜੇ ਵਾਕਈ ਡਰੱਗਸ ਨੂੰ ਆਪਾਂ ਸਟੇਟ 'ਚ ਰੋਕਣਾ ਵਾ ਲੋਕਾਂ ਨੂੰ ਬਚਾਉਣਾ ਵਾ ਇਹ ਬਲਾ ਨਾਲ ਨਿਜਟਣਾ ਵਾ ਤੇ ਵੱਡੇ ਮਗਰਮੱਛ ਜਿਹੜਿਆਂ ਨੂੰ ਹੱਥ ਪਾਣਾ ਪਊ ਕਈ ਐਮਐਲਏਜ਼ ਕੁਝ ਮਨਿਸਟਰਜ਼ ਉਹਨਾਂ ਦੇ ਨਾਮ ਹੀ ਡਰੱਗਸ ਦੇ ਵਿੱਚ ਵਜਿਆ ਉਹ ਵੀ ਕਿਸੇ ਨਾ ਕਿਸੇ ਨੇ ਉਹਨਾਂ ਦਾ ਨਾਮ ਲਿਆ ਵਾ ਜਿਹੜੇ ਬੰਦੇ ਫੜੇ ਗਏ ਉਹਨਾਂ ਨੇ ਉਹਨਾਂ ਦਾ ਨਾਮ ਲਿਆ ਵਾ ਪਹਿਲਾਂ ਤਾਂ ਉਹਨਾਂ ਨੂੰ ਜਿਹੜੇ ਮਨਿਸਟਰ ਹੈ ਜਾਂ ਜਿਵੇਂ ਆਪਾਂ ਕੱਲ੍ਹ ਗੱਲ ਕੀਤੀ ਸੀ ਜਿਹੜੇ ਮਨਿਸਟਰ ਹੈ ਜਾਂ ਐਮਐਲਏਜ਼ ਆ ਉਹਨਾਂ ਤੋਂ ਰਿਜ਼ਾਈਨ ਕਰਉਣਾ ਚਾਹੀਦਾ ਵਾ ਕੋਈ ਵੀ ਇਹਦੇ ਵਿੱਚ ਇਨਵੋਲਡ ਹੋਵੇ ਜ਼ੀਰੋ ਟੋਲਰੈਂਸ ਚਾਹੀਦੀ ਹੈ ਜਿਹੜਾ ਵੀ ਬੰਦਾ ਇਹਦੇ ਵਿੱਚ ਇਨਵੋਲਡ ਆ ਉਹਨੂੰ ਪੁਲਿਸ ਨੂੰ ਫੜਨਾ ਚਾਹੀਦਾ ਇਹ ਡਰਾਈਵ ਜਿਹੜੀ ਆ ਸਿਰਫ ਪੁਲਿਸ ਦੇ ਪੱਧਰ ਤੇ ਨਹੀਂ ਹੋ ਸਕਦੀ ਇਹ ਰਾਜ ਪੱਧਰ ਸਟੇਟ ਗਵਰਨਮੈਂਟ ਦੇ ਲੈਵਲ ਤੇ ਹੋਣੀ ਆ ਕਿਉਂਕਿ ਇਹਦੇ ਵਿੱਚ ਸਿੱਖਿਆ ਵਿਭਾਗ ਸਿਹਤ ਵਿਭਾਗ ਇਹਦੇ ਵਿੱਚ ਪੰਚਾਇਤਾਂ ਇਹਨਾਂ ਸਭ ਨਾਲ ਰਲਣਾ ਪਊ ਮੈਨੂੰ ਬੜੀ ਖੁਸ਼ੀ ਹੋਈ ਮੋਗੇ ਦੇ ਕੋਲ ਦੇ ਕੁਝ ਪਿੰਡ ਜਿਹੜੇ ਆ ਉਥੰਨੀ ਜਿਹੜੀਆਂ ਬੀਬੀਆਂ ਵਾਂ ਔਰਤਾਂ ਵਾਂ ਉਹ ਸਾਰੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਜਿਹੜੀ ਤਸਕਰੀ ਹੋ ਰਹੀ ਹੈ ਡਰੱਗਸ ਦੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਫੋਟੋ ਵੇਖੀ ਨੇ ਅਖਬਾਰਾਂ ਚ ਵੀ ਡਾਂਗਾ ਲਾ ਕੇ ਖਲੋਤੀਆਂ ਵਾਂ ਬੀਬੀਆਂ ਰਾਤ ਨੂੰ ਉਹ ਠਿਕਰੀ ਪੈਰਾ ਵੀ ਦਿੰਦੀਆਂ ਇਹ ਇੱਕ ਬਹੁਤ ਵੱਡੀ ਚੀਜ਼ ਆ ਬਹੁਤ ਵੱਡੀ ਗੱਲ ਆ ਮੇਰੇ ਖਿਆਲ ਇਹਨਾਂ ਔਰਤਾਂ ਨੂੰ ਵੀ ਇਹਨਾਂ ਦੇ ਜਿਹੜੇ ਐਨ ਜੀਓਜ਼ ਆ ਉਹਨੂੰ ਵੀ ਨਾਲ ਲਾਉਣਾ ਪੈਣਾ ਮੈਂ ਜਿਵੇਂ ਅੱਗੇ ਕਿਹਾ ਵੀ ਇੱਕ ਬਹੁਤ ਵੱਡੀ ਬਿਲਾਵ ਆ ਡਰੱਗਸ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਤੋਂ ਦੀ ਤਸਕਰੀ ਸੋ ਜਿੰਨਾ ਚਿਰ ਤੱਕ ਆਪਾਂ ਸਾਰੇ ਇਕੱਠੇ ਨਹੀਂ ਹੋਵਾਂਗੇ ਇਹਦੇ ਨਾਲ ਨਿਜੀਠਿਆ ਨਹੀਂ ਜਾ ਸਕਦਾ